ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਸਰਦਾਰ ਅਜੀਤ ਸਿੰਘ ਕਹਾੜ ਜੀ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ। ਅਸੀਂ ਉਹਨਾਂ ਨੂੰ ਇੱਥੇ ਆਉਣ 'ਤੇ ਜੀਆ ਆਖਦੇ ਹਾਂ ਔਰ ਨਾਲ ਦੀ ਨਾਲ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਜੋ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ। ਉਹਨਾਂ ਦੇ ਨਾਲ ਸ਼ਿਸ਼ਪਾਲ ਸਿੰਘ ਪੰਨੂ, ਜਹਿਦਾਰ ਕਾਹਨ ਸਾਹਿਬ, ਹੋਰ ਵੀ ਜਹਿਦਾਰ ਸਾਹਿਬਾਨ ਪਹੁੰਚ ਚੁੱਕੇ ਹਨ। ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਇਲਾਕੇ ਦਾ ਮਾਣ ਜਥੇਦਾਰ ਸਰਦਾਰ ਅਜੀਤ ਸਿੰਘ ਜੀ ਕੋਹਾੜ, ਕੈਬਨਿਟ ਮਿਨਿਸਟਰ, ਪੰਜਾਬ ਸਰਕਾਰ, ਕਾਲੋਂ ਸਾਹਿਬ, ਜੋ ਸਮੇਂ ਸਿਰ ਸਾਡੇ ਸਿੰਧ ਮੇਲੇ 'ਚ ਪਹੁੰਚੇ ਹਨ। ਸਮੂਹ ਸ਼ਹਿਰ ਨਿਵਾਸੀ ਮਹਿਤਪੁਰ ਵੱਲੋਂ ਸਾਡੀ ਸਿੰਧ ਕਮੇਟੀ ਵੱਲੋਂ ਮੋਸਟ ਵੈਲਕਮ ਜੀ ਹੈ, ਧੰਨਵਾਦ ਕਰਦੇ ਹਾਂ, ਜੋ ਸਮੇਂ ਸਿਰ ਬੜੇ ਸਿਆਸੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਾਡੇ ਇਸ ਸਿੰਧ ਮੇਲੇ ਦੇ ਵਿੱਚ ਪਹੁੰਚੇ ਹੈ। ਆਓ ਜੀ, ਜਲਦੀ ਤੋਂ ਜਲਦੀ ਸਨੀ ਸ੍ਰੀ ਹੱਥ ਖੜਾ ਕਰੋ ਜੀ, ਪਹਿਲਵਾਨ ਜਲਦੀ ਆਓ ਖਾੜੇ ਦੇ ਵਿੱਚ ਅਤੇ ਸਤਨਾਮ ਅੰਗਾ ਕਿਹੜੀ ਹੱਥ ਖੜਾ ਕਰੋ ਜੀ। ਆਓ ਜੀ ਭਲਵਾਨ, ਜਲਦੀ ਆਓ ਖਾੜੇ ਦੇ ਵਿੱਚ ਬਈ। ਸਨੀ ਸ੍ਰੀ ਹੱਥ ਖੜਾ ਕਰੋ ਜੀ, ਸਨੀ ਸ੍ਰੀ। ਹਾਂਜੀ, ਕੋਸ਼ਤੀਆਂ ਉੱਧਰ ਚੱਲ ਰਹੀਆਂ, ਇੰਦਰ ਸਰਦਾਰ ਅਜੀਤ ਸਿੰਘ ਕੁਹਾੜ ਸਾਹਿਬ ਸਾਡੇ ਮਹਿਮਾਨ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ। ਅਸੀਂ ਦੁਬਾਰਾ ਫਿਰ ਉਹਨਾਂ ਨੂੰ ਇੱਥੇ ਆਉਣ 'ਤੇ ਜੀਆਂ ਆਖਦੇ ਹਨ ਔਰ ਨਾਲ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਉਹ ਹਰੇਕ ਸਾਲ ਸਾਡੇ ਸੱਦੇ ਪੱਤਰ 'ਤੇ ਸਮੇਂ ਸਿਰ ਪਹੁੰਚ ਕੇ ਸਾਨੂੰ ਨਵਾਜਦੇ ਹਨ, ਇਸ ਕਰਕੇ ਦੁਬਾਰਾ ਫਿਰ ਉਹਨਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਉਹਨਾਂ ਦੇ ਨਾਲ ਜਹਿਦਾਰ ਸਾਹਿਬਾਨ ਵੀ ਪਹੁੰਚ ਚੁੱਕੇ ਹਨ, ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ ਸਾਰਿਆਂ ਦਾ ਧੰਨਵਾਦ। ਲਓ ਜੀ, ਅਗਲੀ ਕੁਸ਼ਤੀ ਆਉਣੀ ਹੈ ਵਿਜੇ ਰਾਮੇਵਾਲ ਅਤੇ ਅਜੇ ਪਾਸਲਾ, ਇਹ ਵੀ ਪਹਿਲਵਾਨ ਸਾਡੇ ਖਾੜੇ ਦੇ ਵਿੱਚ ਪਹੁੰਚ ਗਏ। ਦੋ ਪਾਰਟੀਆਂ ਅਖਾੜੇ ਵਿੱਚ ਚੱਲ ਰਹੀਆਂ, ਬਾਕੀ ਪਹਿਲਵਾਨਾਂ ਨੂੰ ਵੀ ਜਿਹਨਾਂ ਨੂੰ ਪਾਰਟੀਆਂ ਮਿਲ ਚੁੱਕੀਆਂ ਹਨ ਉਹ ਜਲਦੀ ਤੋਂ ਜਲਦੀ ਆਪਣੀ ਕੋਸ਼ਿਸ਼ ਦਿਖਾਓ ਔਰ ਜਿਹਨਾਂ ਪਹਿਲਵਾਨਾਂ ਨੂੰ ਹਾਲੇ ਪਾਰਟੀਆਂ ਨਹੀਂ ਮਿਲੀਆਂ ਉਹਨਾਂ ਨੂੰ ਕਮੇਟੀ ਮੈਂਬਰਾਂ ਦੁਆਰਾ ਪਾਰਟੀਆਂ ਦਿੱਤੀਆਂ ਜਾਣਗੀਆਂ ਔਰ ਤਕਰੀਬਨ ਸਾਰੇ ਪਹਿਲਵਾਨਾਂ ਦੀਆਂ ਕੋਸ਼ਿਸ਼ਾਂ ਕਰਵਾਈਆਂ ਜਾਣਗੀਆਂ ਔਰ ਸਾਰੇ ਇਨਾਮੀ ਪਹਿਲਵਾਨ ਨੇ, ਵਧੀਆ ਵਧੀਆ ਅਖਾੜਿਆਂ ਦੇ ਪਹਿਲਵਾਨ ਆਏ ਹਨ। ਪੱਖੋਂ ਦੇ ਡੇਰਾ ਬਾਬਾ ਨਾਨਕ, ਮਲਕਪੁਰ, ਨੀਟਾ, ਸੌ ਸਿੰਘ ਵਾਲਾ, ਮਹਿਤਪੁਰ ਦੇ ਲੋਕ ਵਾਲੇ ਹਨ, ਵਾਲੋ ਕੀ ਅੰਗਾਗਿਰੀ, ਸ਼ਰਮਾ ਪੇਟ, ਤਲੇਤਾ, ਮਰੌੜ, ਸ੍ਰੀ ਰਾਮੇਵਾਲ, ਰੇਰੂ, ਤਲਵਣ, ਸਮੇਰ, ਲੁਧਿਆਣਾ, ਪਾਸਲਾ, ਵੇਰਾ, ਸੋਲਫੁਰਦ, ਮਨਜੀਤ, ਮਲਕਪੁਰ, ਹਰੀਪੁਰ, ਇਹ ਸਾਰੇ ਇਨਾਮੀ ਤਗਾੜੇ ਹਨ ਜਿਹਨਾਂ ਦੇ ਪਹਿਲਵਾਨ ਜਿਹਨਾਂ ਦੇ ਕੋਚ ਸਾਹਿਬਾਨ ਨਾਲ ਆਏ ਹਨ ਔਰ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਕੋਸ਼ਿਸ਼ਾਂ ਹੋ ਰਹੀਆਂ ਹਨ ਔਰ ਸਮਾਂ ਵੀ ਕਾਫੀ ਖੁਸ਼ਮਾ ਹੋ ਕੇ ਔਰ ਉਹਨਾਂ ਦੇ ਨਾਲ ਜਹਿਦਾਰ ਸਾਹਿਬਾਨ ਆਏ ਹਨ, ਉਹਨਾਂ ਦਾ ਵੀ ਤਹਿ ਦਿਲ ਤੋਂ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਾਂ ਅਸੀਂ। ਸਾਰੀ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ, ਮਿਹਰਬਾਨੀ। ਲਓ ਜੀ, ਅਗਲੀ ਕੁਸ਼ਤੀ ਬਣੀ ਆ ਮੰਗਾ ਤਲਵਣ ਅਤੇ ਸਨੀ ਸੋਹਲ, ਦੋਨਾਂ ਮੱਲਾਂ ਨੂੰ ਬੇਨਤੀ, ਲੰਗੂਟੇ ਲਾ ਕੇ ਤਿਆਰੀ ਕਰ ਲਓ ਮੇਰੇ ਵੀਰ, ਇਹ ਵੀ ਕੁਸ਼ਤੀਆਂ ਖਾੜੇ ਦੇ ਵਿੱਚ ਚੱਲ ਰਹੀਆਂ।
ਪਰਲੀ ਕੁਸ਼ਤੀ ਵਾਲੇ ਪਹਿਲਵਾਨਾਂ ਨੂੰ ਬੇਨਤੀ ਕੁਛ ਕਰਕੇ ਦਿਖਾਓ, ਨਹੀਂ ਤਾਂ ਅਸੀਂ ਖੜੇ ਕਰ ਕਰਕੇ ਕੁਸ਼ਤੀਆਂ ਕਰਾਉਣੀਆਂ। ਇਹ ਨਹੀਂ ਕਿ ਸਵਾਰੀ ਪਾ ਕੇ ਆਪਾਂ ਬੈਠੇ ਰਹੀਏ, ਸਮਾਂ ਖਰਾਬ ਕਰੀ ਜਾਈਏ। ਸੋ ਜੋ ਤਾਪ ਇਸ ਆਪਣੇ ਕੋਚਾਂ ਤੋਂ ਸਿੱਖੇ ਆ, ਸਾਦਾ ਤੋਂ ਸਿੱਖੇ ਹੈ, ਉਹ ਸਾਰੇ ਖਾੜੇ ਦੇ ਵਿੱਚ ਵਰਤ ਕੇ ਤਾਂ ਹੀ ਵਧੀਆ ਕੁਸ਼ਤੀ ਲੱਗਦੀ ਹੈ। ਜਿੰਨੀ ਤੇਜ਼ੀ ਲਿਆਓਗੇ ਉਨੀ ਜਲਦੀ ਫੈਸਲੇ ਹੋਣਗੇ। ਸੋ ਤਿੰਨ ਕੁਸ਼ਤੀਆਂ ਇਸ ਸਮੇਂ ਖਾੜੇ ਦੇ ਵਿੱਚ ਚੱਲ ਰਹੀਆਂ ਹੈ। ਕੁਸ਼ਤੀ ਕਰਨ ਤੋਂ ਬਾਅਦ ਰੈਫਰੀ ਸਾਹਿਬ ਤੋਂ ਆਪਣੀ ਪਰਚੀ ਲੈਣੀ ਹੈ, ਉੱਥੇ ਹਾਰ ਜਿੱਤ ਲਿਖਾ ਕੇ ਦੋਨਾਂ ਪਹਿਲਵਾਨਾਂ ਨੇ ਸਟੇਜ ਦੇ ਹੇਠਲੇ ਪਾਸੇ ਖੱਬੇ ਪਾਸੇ ਸਾਡੀ ਸਿੰਘ ਕਮੇਟੀ ਮਾਇਆ ਦੇ ਖੁੱਲ੍ਹੇ ਗੱਫੇ ਲੈ ਕੇ ਬੈਠੀ ਹੈ, ਆਪਣਾ ਮਾਣ ਸਨਮਾਨ ਜਿਹੜਾ ਨਾਲੋ ਨਾਲ ਪ੍ਰਾਪਤ ਕਰ ਲੈ। ਸੋ ਅਸੀਂ ਧੰਨਵਾਦ ਕਰਦੇ ਹਾਂ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਗੁਹਾਟ, ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਦਾ, ਜੋ ਬੜੀ ਸਿਆਸੀ ਜ਼ਿੰਦਗੀ ਜੋ ਸਮਾਂ ਕੱਢ ਕੇ ਹਰ ਸਾਲ ਦੀ ਤਰ੍ਹਾਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਿਤਪੁਰ ਦੇ ਸੀ ਸਿੰਘ ਮੇਲੇ ਦੇ ਵਿੱਚ ਸਾਰੇ ਅਕਾਲੀ ਲੀਡਰ ਸਾਹਿਬਾਨਾਂ ਦੇ ਨਾਲ ਪਹੁੰਚੇ ਹਨ। ਮੋਸਟ ਵੈਲਕਮ ਜੀ, ਧੰਨਵਾਦ ਕਰਦੇ ਹਾਂ। ਮਾਰੋ ਦਾਅ ਵਿੱਚ ਕਰੋ ਕੁਸ਼ਤੀ ਦਾ ਫੈਸਲਾ, ਬੜੀ ਅਟੈਕ ਵਾਲੀ ਕੁਸ਼ਤੀ ਹੋ ਰਹੀ ਹੈ। ਅਗਲੀ ਕੁਸ਼ਤੀ ਦੇ ਪਹਿਲਵਾਨ ਫਟਾਫਟ ਮੇਰੇ ਵੀਰ ਸਾਰੇ ਤਿਆਰ ਪਰ ਤਿਆਰ ਹੋ ਜਾਓ ਜੀ। ਲਗਾਤਾਰ ਤਿੰਨ ਤਿੰਨ ਚਾਰ ਚਾਰ ਕੁਸ਼ਤੀਆਂ ਖਾੜੇ ਦੇ ਵਿੱਚ ਚੱਲਦੀਆਂ ਰਹਿਣਗੀਆਂ। ਬਾਕੀ ਵੀ ਜਿਹੜੇ ਪਹਿਲਵਾਨ ਅਜੇ ਬਾਹਰ ਬੈਠੇ ਆ, ਉਹਨਾਂ ਨੂੰ ਬੇਨਤੀ ਕਿ ਆ ਕੇ ਖਾੜੇ ਦੇ ਵਿੱਚ ਦੇਖੋ, ਤੁਹਾਨੂੰ ਖਾੜਿਆਂ ਨੂੰ ਸੱਦੇ ਪੱਤਰ ਦਿੱਤੇ ਗਏ ਆ। ਬੜੀ ਰਿਸਪੈਕਟ ਦੇ ਨਾਲ, ਬੜੀ ਇੱਜ਼ਤ ਦੇ ਨਾਲ ਸਾਡੀ ਸਿੰਘ ਕਮੇਟੀ ਤੁਹਾਡੀਆਂ ਕੁਸ਼ਤੀਆਂ ਕਰਾ ਰਹੀ ਹੈ। ਸੋ ਪ੍ਰਵਾਨ ਸਾਰੇ ਆ ਕੇ ਖਾੜੇ ਦੇ ਵਿੱਚ ਬੈਠੋ, ਕਿਉਂਕਿ ਜੋ ਫੈਸਲਾ ਸਾਡੀ ਸਿੰਘ ਕਮੇਟੀ ਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਝੰਡੀ ਦੀ ਕੁਸ਼ਤੀ ਨੂੰ ਅਸੀਂ ਨੇੜਾ ਨਹੀਂ ਹੋਣ ਦਿੰਦੇ। ਅਸੀਂ 5:30 ਵਜੇ ਸਮੇਂ ਸਿਰ ਝੰਡੀ ਦੀ ਵੱਡੀ ਕੁਸ਼ਤੀ ਜਿਹੜੀ ਹੈ ਸ਼ੁਰੂ ਕਰਾ ਦਿੰਦੇ ਹਾਂ। ਸੋ ਆਓ ਪ੍ਰਵਾਨ ਸਾਰੇ ਆ ਕੇ ਖਾੜੇ 'ਚ ਬੈਠੋ। ਹਾਂਜੀ, SHO ਪੁਲਿਸ ਥਾਣਾ ਮਹਿਤਪੁਰ ਸਰਦਾਰ ਰਣਜੀਤ ਸਿੰਘ, ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ। ਅਸੀਂ ਕਮੇਟੀ ਵੱਲੋਂ ਉਹਨਾਂ ਨੂੰ ਇੱਥੇ ਜੀ ਆਇਆਂ ਆਉਂਦੇ ਹਾਂ ਔਰ ਧੰਨਵਾਦ ਕਰਦੇ ਹਾਂ ਕਿ ਜੋ ਸਾਡੇ ਦਰਮਿਆਨ ਸਮੇਂ ਸਿਰ ਪਹੁੰਚ ਕੇ ਸਾਡੇ ਮੇਲੇ ਦੀ ਆਉਣ ਨੂੰ ਵਧਾਇਆ ਔਰ ਪ੍ਰਸ਼ਾਸਨਿਕ ਤੌਰ 'ਤੇ ਜਿਹੜਾ ਡਿਸੀਜ਼ਨ ਹੈ ਕਾਇਮ ਰੱਖਿਆ, ਮਿਹਰਬਾਨੀ। ਲਓ ਜੀ, ਬੜੀਆਂ ਸ਼ਾਨਦਾਰ ਤਿੰਨ ਕੁਸ਼ਤੀਆਂ ਇਸ ਸਮੇਂ ਖਾੜੇ ਦੇ ਵਿੱਚ ਚੱਲ ਰਹੀਆਂ। ਮਾਵਾਂ ਦੇ ਬਲੀ ਪੁੱਤ ਬੱਬਰ ਸ਼ੇਰ ਹੈ ਕਿ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੱਤੀ, ਅੱਧ ਰਿੜਕੇ ਦਾ ਛੰਨਾ ਮੋਲੂ ਲਾ ਦਿੱਤੀ। ਮਾਵਾਂ ਦੀ ਹੱਲਾ ਸ਼ੇਰੀ ਦੇ ਨਾਲ ਅਸਰਾਦਾਂ ਦੀਆਂ ਖਾਧੀਆਂ ਹੋਈਆਂ ਮਾਰਾਂ ਦੇ ਨਾਲ ਹੀ ਕੁਸ਼ਤੀ ਹੋਣੀ ਹੈ। ਪਰਵਾਨਾਂ ਨੂੰ ਬੇਨਤੀ ਕਿ ਕੱਪੜੇ ਲਾ ਕੇ ਆਪਣੇ ਖਾੜੇ ਦੇ ਉੱਥੇ ਜਿੱਥੇ ਤੁਹਾਡੀ ਤਖਤੀ ਲਈ ਆ ਉੱਥੇ ਤੁਸੀਂ ਤਿਆਰ ਰਹਿਣਾ। ਜਦੋਂ ਕੁਸ਼ਤੀ ਦਾ ਫੈਸਲਾ ਹੋਣਾ ਅਸੀਂ ਨਾ ਬੋਲਣਾ, ਉਸੇ ਵੇਲੇ ਤੁਸੀਂ ਖਾੜੇ ਦੇ ਵਿੱਚ ਆ ਜਾਣਾ ਤਾਂ ਜੋ ਅਗਲੀਆਂ ਕੁਸ਼ਤੀਆਂ ਵਧੀਆ ਢੰਗ ਦੇ ਨਾਲ ਜਿਹੜੀਆਂ ਕਰਾਈਆਂ ਜਾ ਸਕਣ। ਬਹੁਤ ਹੀ ਵਧੀਆ ਸ਼ਾਨਦਾਰ ਤਿੰਨ ਕੁਸ਼ਤੀਆਂ ਹੋਣੀਆਂ। ਪਹਿਲੀ ਕੁਸ਼ਤੀ ਦੇ ਰੈਫਰੀ ਦਾ ਸਮਾਂ ਲਾ ਕੇ ਰੱਖਣਾ, ਗਰਮੀ ਦਾ ਮੌਸਮ ਹੈ, ਅਸੀਂ ਚਾਹੁੰਦੇ ਹਾਂ ਕਿ ਪਹਿਲਵਾਨ ਨੇ ਲਾ ਪੇਟ ਮਾਰ ਕੇ ਕੁਸ਼ਤੀ ਦੇ ਫੈਸਲੇ ਕਰੋ। ਕੁਸ਼ਤੀ ਰੁਕਣੀ ਨਹੀਂ ਚਾਹੀਦੀ, ਕੁਸ਼ਤੀ ਤਾਂ ਚੱਲਦੀ ਸੋਹਣੀ ਲੱਗਦੀ ਹੈ। ਲਿਆਓ ਤੇਜ਼ੀ, ਮੇਰੇ ਵੀਰ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਫੁਰਤੀ ਦੀ ਖੇਡ ਹੈ, ਚੁਸਤੀ ਦੀ ਖੇਡ ਹੈ। ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਕੁਸ਼ਤੀਆਂ ਜਿਹੜੀਆਂ ਇਸ ਸਮੇਂ ਖਾੜੇ ਦੇ ਵਿੱਚ ਕਰਾਈਆਂ ਜਾ ਰਹੀਆਂ, ਜ਼ੋਰ ਤੇ ਜਵਾਨੀ ਦੇ ਮੁਕਾਬਲੇ ਹੋ ਰਹੇ ਹੈ। ਤਿੰਨ ਕੁਸ਼ਤੀਆਂ ਬੜੀਆਂ ਵਧੀਆ ਮਹਿਤਪੁਰ ਦੇ ਇਸ ਪਾਵਨ ਗੁਰਿੰਦਰ ਸੁੰਦਰ ਸਟੇਡੀਅਮ ਦੇ ਵਿੱਚ ਅੱਜ ਮਾਵਾਂ ਦੇ ਬਲੀ ਪੁੱਤ ਬੱਬਰ ਸ਼ੇਰਾਂ ਦੇ ਮੁਕਾਬਲੇ ਹੋ ਰਹੇ। ਫਟਾਫਟ ਦਾਅ ਪਿੱਟ ਮਾਰੋ ਤੇ ਕੁਸ਼ਤੀ ਦੇ ਫੈਸਲੇ ਕਰੋ। ਜ਼ੋਰ ਤੇ ਜਵਾਨੀ ਦੀ ਖੇਡ ਹੈ, ਇਹ ਕਰਦੀ ਮਾਰੋ ਮਾਰ ਜਵਾਨੀ ਆ ਗਈ ਹੋਏ। ਇਹਦੀ ਚੰਦ ਵਰਗੀ ਚਮਕਾਰ, ਇਹ ਤਿੱਖੀ ਵਾਂਗ ਗਟਾਰ, ਇਹ ਤੁਰਦੀ ਭੱਬਾ ਭਾਰ, ਜਵਾਨੀ ਛਾ ਗਈ ਹੋਏ। ਕਰਦੀ ਮਾਰੋ ਮਾਰ ਜਵਾਨੀ ਆ ਗਈ ਹੋਏ। ਸੋ ਅੱਜ ਮਾਰੋ ਮਾਰ ਕਰਦੇ ਮਾਵਾਂ ਦੇ ਬਲੀ ਪੁੱਤ ਮਹਿਤਪੁਰ ਦੇ ਸਿੰਘ ਮੇਲੇ 'ਚ ਹਰ ਸਾਲ ਦੀ ਤਰ੍ਹਾਂ ਹੁੰਮ ਹਮਾ ਕੇ ਆਪਣੇ ਕੁਸ਼ਤੀ ਦੇ ਯੋਰ ਦਿਖਾਲੇ ਲਈ ਪਹੁੰਚਦੇ ਆ। ਬਾਕੀ ਵੀ ਜਿਹੜੇ ਪਹਿਲਵਾਨ ਇਸ ਸਮੇਂ ਖਾੜੇ ਦੇ ਬਾਹਰ ਅਜੇ ਖੜੇ ਆ, ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਮੇਰੇ ਵੀਰ ਖਾੜੇ ਦੇ ਵਿੱਚ ਆ ਕੇ ਜਲਦੀ ਬੈਠੋ ਜੀ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਭਾਜੀ। ਇਹਨਾਂ ਪਹਿਲਵਾਨਾਂ ਦੇ ਨਾਂ ਨੋਟ ਕਰਦੇ ਆ ਕਰੋ ਜਿਹੜੇ ਅਖਾੜਿਆਂ ਤੋਂ ਹਨ, ਔਰ ਪਤਾ ਲੱਗ ਜਾਂਦਾ ਕਿ ਢਹਿਣ ਤੋਂ ਆਉਣ ਤੋਂ ਬਾਅਦ ਵੀ ਇਹਨਾਂ ਦੇ ਨਾਂ ਨੋਟ ਕਰਦੇ ਕਰੋ ਜੀ। ਮਿਹਰਬਾਨੀ। ਹਾਂਜੀ, ਲਿਆਓ ਜੀ ਤੇਜ਼ੀ, ਪਹਿਲਵਾਨਾਂ ਨੂੰ ਬੇਨਤੀ ਤੇਜ਼ੀ ਲਿਆਓ ਜਿਹੜਾ ਕੁਸ਼ਤੀ ਦੇ ਵਿੱਚ। ਬੜੀ ਫੁਰਤੀ ਦੀ ਖੇਡ ਹੈ, ਬੜੀ ਚੁਸਤੀ ਦੀ ਖੇਡ ਹੈ, ਕਿ ਖੇਡ ਕਬੱਡੀ ਫੁਰਤੀ ਦਾ ਕੰਮ, ਭਿੰਡਾ ਝੋਟੇ ਦਾ, ਜੀ ਜਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ, ਤੰਦਰੁਸਤੀ ਦੀ ਖੇਡ, ਖੇਡ ਨਹੀਂ ਬਿਮਾਰਾਂ ਦਾ, ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ। ਦੇਖੋ ਕਿ ਅੱਜ ਮਹਿਤਪੁਰ ਦੀ ਧਰਤੀ ਤੇ ਲੱਗਾ ਹੋਇਆ ਇਹ ਸ਼ਾਨਦਾਰ ਮੇਲਾ ਇਸ ਸਮੇਂ ਬਹੁਤ ਹੀ ਵਧੀਆ ਢੰਗ ਦੇ ਨਾਲ ਤਿੰਨ ਕੁਸ਼ਤੀਆਂ ਖਾੜੇ ਦੇ ਵਿੱਚ ਚੱਲ ਰਹੀਆਂ। ਸੋ ਮੱਲਾਂ ਨੂੰ ਬੇਨਤੀ ਕਿ ਲਿਆਓ ਥੋੜ੍ਹੀ ਜਿਹੀ ਕੁਸ਼ਤੀ ਦੇ ਵਿੱਚ ਆਪਾਂ ਤੇਜ਼ੀ ਲਿਆਉਣੀ ਹੈ। ਵਧੀਆ ਢੰਗ ਦੇ ਨਾਲ ਪਹਿਲਵਾਨ ਇਸ ਸਮੇਂ ਕੁਸ਼ਤੀ ਦੇ ਜੋਹਰ ਦਿਖਾ ਰਹੇ ਹੈ, ਰੱਖਿਆ ਢਾਉਣ ਦੇ ਗੋਟਾ ਗੱਭਰੂ ਨੌਜਵਾਨ ਨੇ। ਸੋ ਬਹੁਤ ਹੀ ਵਧੀਆ ਤਿੰਨ ਕੁਸ਼ਤੀਆਂ ਚੱਲ ਰਹੀਆਂ। ਹਾਂਜੀ, ਮਾਰੋ ਦਾਅ ਪੇਚ ਮੇਰੇ ਵੀਰ ਪਹਿਲਵਾਨਾਂ ਨੂੰ ਬੇਨਤੀ ਕਿ ਫਟਾਫਟ ਕੁਸ਼ਤੀ ਦੇ ਫੈਸਲੇ ਕਰਨੇ ਆਪਾਂ ਪਹਿਲਵਾਨਾਂ ਨੇ।
हर कुश्ती से समा बनता जुड़ता पहलवान रेफरी साहब ला के रखे हो जिन्ने भी पहन के ठीक है जी ये कुश्ती से 2 मिनट का समा ला दो 10-15 मिनट की कुश्ती हो गई है पहलवाना बेनती लिया 2 मिनट के कुश्ती का हाँ जी बहुत बहुत मेहरबानी जी बहुत बड़ा नुकसान होया काम भुगत नहीं
मैं अच्छे रस्ते रहूंगा, मैं थोड़े सारे शहर वासियों की मेरे घर लूंगा। आप जो लोग भी मदद कर सकते हैं उन्होंने आसान उठाने वास्ते आप नागरिक हैं जी, हम भी थोड़े बहुत बहुत उन्होंने धन्यवाद बहुत लाई है जिसके कारण हमारे लिए फतेह नाल थोड़े को अपने मंदिर के बैठ के भी मिलने जाना नजर को लेकर अंदर जरूर देखना चाहोगे जरूर देखते हो मेरे वाले जी और ये जो हमारे यहाँ जो वो कोई है और इसलिए